बिस्मिल्लाह रहमान रहीम। अस्सलाम वालेकुम मेरे भैन भराओ ते मेरे भाइयों। मैं ना आज मेथी गोश्त बना रही हूँ। मैं गोश्त लिया बकरे का, अद्धा किलो विच मैं एक प्याज पाता कट के ते एक लसन का गंडा। एक का मैं मिर्चा का चम्मच पा दिता। ए हल्दी मैं पाती चौथाई हिस्सा। ए सुखा धनिया पा दिता चौथाई हिस्सा। ए मैं नमक पा दिता विच। इनू हुण ना मैं कुकर ला देवांगी गोश्त नूं गालण वास्ते 5 मिनट। जिस तरह का गोश्त होए, थोड़ा गोश्त सख्त होए तो ज़्यादा देर ला लो, नरम होए तो थोड़ी देर ला लो। है ना, मैं हुण कुकर खोल लिया वा। गोश्त मैं पूरी तरह नहीं गालिया, ये ज़रा खड़ा खड़ा वा, क्योंकि ये फिर गाल जो ना, क्योंकि इन्हें पानी छड़ना मेथी ने। हूँ मैं अद क पा ना घ्यो पा के तीन डोईया आयल दियाँ पा के भून लिया। हूँ मैं ये ना मेथी पा ਅਸੀਂ ਕੋਈ ਨਾ 2.5 ਕਿਲੋ ਮੇਥੀ ਲਈ ਸੀ, ਸਾਫ ਸੂਫ ਕਰਕੇ ਇਹ 2.5 ਕਿਲੋ ਰਹਿ ਗਈ। ਇਹ ਕਿ ਮੇਥੀ ਨੂੰ ਅਸੀਂ ਨੰਗਿਆਂ ਪਾਉਣਾ ਵਾ, ਨਹੀਂ ਤਾਂ ਇਹ ਕੌੜੀ ਬਣਦੀ ਹੈ। ਹੁਣ ਪਹਿਲੇ ਦੇਖਾਂਗੇ ਇਹ ਆਪਣੇ ਪਾਣੀ ਵਿੱਚ ਗਲ ਜਾਵੇ। ਜੇ ਆਪਣੇ ਪਾਣੀ ਨਾ ਗਲੀ ਫਿਰ ਇਹਦੇ 'ਚ ਨਾ ਥੋੜ੍ਹਾ ਜਿਹਾ ਪਾਣੀ ਪਾ ਦੇਵਾਂਗੀ ਗਲਾਸ ਕੁ। ਮੇਥੀ ਫਿਰ ਐਵੇਂ ਖੜੀ ਖੜੀ ਵੀ ਨਹੀਂ ਅੱਛੀ ਲੱਗਦੀ। ਇਹ ਤਾਂ ਇਹਨੂੰ ਨੰਗੀ ਪਕਾਓ, ਫਿਰ ਕੌੜੀ ਨਹੀਂ ਬਣਦੀ। ਅਗਰ ਤੁਸੀਂ ਢੱਕਣ ਉੱਤੇ ਦੇ ਦਿਓਗੇ ਤਾਂ ਕੌੜੀ ਬਣ ਜਾਊ। ਜਿਹੜੇ ਮੇਥੇ ਆ ਉਹ ਬਹੁਤ ਜ਼ਿਆਦਾ ਕੌੜੇ ਹੁੰਦੇ ਆ, ਉਹ ਅਕਸਰ ਲੋਕ ਉਬਾਲ ਕੇ ਪਕਾਉਂਦੇ ਆ, ਪਰ ਉਬਾਲਿਆ ਉਹ ਸਾਰਾ ਉਹਦਾ ਅਸਰ ਨਿਕਲ ਜਾਂਦਾ, ਫਾਦੀਅਤ ਉਹਦੀ ਖਤਮ ਹੋ ਜਾਂਦੀ। ਇਹ ਆ ਕਿ ਉਹਦੇ 'ਚ ਪਾਲਕ ਥੋੜ੍ਹੀ ਜਿਹੀ ਪਾ ਕੇ ਨਾ, ਅਤੇ ਅਗਰ ਕਿਲੋ ਉਹ ਆ ਤਾਂ ਕਿਲੋ ਨਾਲ ਪਾਲਕ ਪਾ ਦਿਓ, ਫਿਰ ਮੇਥੇ ਕੌੜੇ ਨਹੀਂ ਬਣਦੇ ਔਰ ਬਹੁਤ ਮਜ਼ੇ ਦੇ ਬਣਦੇ ਆ। ਕਿਉਂਕਿ ਜੋੜਾਂ ਲਈ ਤਕਲੀਫਾਂ ਬਹੁਤ ਮੇਥਿਆਂ ਨਾਲ ਠੀਕ ਹੁੰਦੀਆਂ, ਦਰਦਾਂ ਗੋਡੀਆਂ ਦੀਆਂ ਗੋਟੀਆਂ ਦੀਆਂ ਵਾਪਸੀ। ਇਹਨੂੰ ਹੁਣ ਨਾ ਅਸੀਂ ਡੰਗੀ ਪੱਕਣੀ ਰੱਖ ਦਾਂਗੇ, ਅੱਗ ਜ਼ਰਾ ਹਲਕੀ ਕਰ ਦਾਂਗੇ ਅਤੇ ਪੱਕਦੀ ਰਹੋ। ਇਹ ਦੇਖੋ ਹੁਣ ਸਾਡਾ ਨਾ ਮੇਥੀ ਪਾਲਕ ਮੇਥੀ ਗੋਸ਼ਤ ਪੱਕ ਗਿਆ, ਕਿੰਨਾ ਅੱਛਾ। ਮੈਂ ਇੱਕ ਨਾ ਵਿੱਚ ਪਾਣੀ ਨਾਲ ਗਲਾਸ ਵੀ ਪਾ ਦਿੱਤਾ ਸੀ ਕਿ ਮੇਥੀ ਅੱਛੀ ਤਰ੍ਹਾਂ ਨਾ ਘੁਲ ਜਾਵੇ। ਅਤੇ ਹੁਣ ਸਾਡਾ ਤਿਆਰ ਹੋ ਗਿਆ ਵਾ, ਅਤੇ ਮੈਂ ਇਹਨੂੰ ਹੁਣ ਡੋਂਗੇ 'ਚ ਕੱਢ ਲੈਂਦੀ। ਉੱਥੇ ਨਾ ਘਿਓ ਲੈ ਦਾ ਇਹ ਦੇਖੋ ਮਾਸ਼ਾਅੱਲਾ ਸਾਡਾ ਕਿੰਨਾ ਅੱਛਾ ਮੇਥੀ ਗੋਸ਼ਤ ਤਿਆਰ ਹੋ ਗਿਆ। ਇਸੇ ਤਰ੍ਹਾਂ ਹੀ ਮੇਥੀ ਗੋਸ਼ਤ ਬਣਾਓ ਔਰ ਸਾਡੇ ਚੈਨਲ ਨੂੰ ਜੁਆਇਨ ਕਰੋ, ਓਕੇ ਕਰੋ ਔਰ ਵੀਡੀਓ ਪੂਰੀ ਦੇਖੋ ਔਰ ਸਾਡੇ ਇੰਸਟਾਗ੍ਰਾਮ ਨੂੰ ਫੋਲੋ ਕਰਿਆ ਕਰੋ ਅਤੇ ਉਹਦੀਆਂ ਤਸਵੀਰਾਂ ਦੇਖਿਆ ਕਰੋ, ਲਾਈਕ ਕਰਿਆ ਕਰੋ ਔਰ ਬੈਲ ਦੇ ਦਿਆ ਕਰੋ ਕਿ ਸਾਡੀ ਅਗਲੀ ਵੀਡੀਓ ਆ ਜਾਵੇ। ਅੱਛਾ ਫਿਰ, ਅੱਲਾ ਹਾਫਜ਼।